ਮਾਰਜ ਕਹਿੰਦੇ ਆਪਣੇ ਜ਼ਿਹਨ ਦੇ ਵਿੱਚ ਇੱਕ ਗੱਲ ਇਹ ਸਪਸ਼ਟ ਰੱਖਿਏ ਜਾਂ ਤਾਂ ਇਸ ਹਿਰਦੇ ਰੂਪੀ ਭਾਂਡੇ ਵਿੱਚ ਜ਼ਹਿਰ ਵਸ ਸਕਦਾ ਹੈ ਜਾਂ ਇਥੇ ਅੰਮ੍ਰਿਤ ਰਹਿ ਸਕਦਾ ਹੈ। ਔਰ ਸਾਹਿਬ ਜੀ ਦੀ ਇਹ ਬਖਸ਼ਿਸ਼ ਹੈ ਪਰ ਧਨ ਪਰ ਤਨ ਪਰ ਤੀ ਨਿੰਦਾ ਇੰਤੇ ਆਪ ਛੁਟਾਵੈ। ਛੜਾਉਣ ਵਾਲਾ ਪ੍ਰਭੂ ਹੈ। ਪ੍ਰਾਈ ਨਿੰਦਾ ਪ੍ਰਾਇਆ ਤਨ ਪ੍ਰਾਇਆ ਧਨ ਲਬ ਲੋਭ ਤਜ ਹੋ ਨਚਿੰਦਾ ਜੇ ਲਬ ਤੇ ਲੋਭ ਇਹ ਵਿਕਾਰਾਂ ਨੂੰ ਜ਼ਿਹਨ ਦੇ ਉੱਤੋਂ ਜ਼ਹਿਨ ਦੇ ਅੰਦਰੋਂ ਚਿੰਤਨ ਖਿਆਲ ਵਿੱਚੋਂ ਹਟਾ ਦਿੱਤਾ ਜਾਏ ਬੰਦਾ ਨਿਸ਼ਚਿੰਤ ਹੋ ਕੇ ਜੀਵਨ ਬਤੀਤ ਕਰਦਾ ਹੈ ਪਰਮ ਨੇ ਸਾਡੇ ਅੰਦਰ ਇਸ ਤਰ੍ਹਾਂ ਦੇ ਸੰਗਲ ਬੰਨੇ ਹੋਏ ਨੇ ਜਿਹੜੇ ਟੁੱਟਣੇ ਔਖੇ ਨੇ ਸਾਡੇ ਗਿਆਨ ਤੋਂ ਸਾਡੇ ਧਿਆਨ ਤੋਂ ਸਾਡੇ ਯਤਨ ਤੋਂ ਇਹ ਪਰਮ ਇਹ ਇਸ ਤਰ੍ਹਾਂ ਸਮਝ ਲਓ ਜੀ ਜਿਨ੍ਹਾਂ ਇਹ ਅਸੀਂ ਬੈਰ ਵਿਰੋਧ ਕਾਮ ਕ੍ਰੋਧ ਜਿਨ੍ਹਾਂ ਇਹਨਾਂ ਵਿਕਾਰਾਂ ਵਿੱਚ ਫਸਾਂਗੇ ਸਤਗੁਰ ਕਹਿੰਦੇ ਸਾਡੇ ਆਲੇ ਦੁਆਲੇ ਵਿਕਾਰਾਂ ਦੇ ਸੰਗਲ ਹੋਰ ਘੁੱਟੇ ਜਾਣਗੇ ਹੋਰ ਅਸੀਂ ਬੰਦਸ਼ ਵਿੱਚ ਵੱਜਾਂਗੇ ਸਤਿਗੁਰ ਦਾ ਸ਼ਬਦ ਗੁਰੂ ਦੀ ਸੰਗਤ ਇਹਨਾਂ ਪਰਮਾ ਤੋਂ ਇਹੋ ਜੇ ਸੰਗਲ ਤੋਂ ਤੋੜ ਕੇ ਸਾਨੂੰ ਨਿਰਾਲਾ ਕਰਦੀ ਹੈ ਤਨ ਦੇ ਅੰਦਰ ਡਾਡਾ ਅੰਧਕਾਰ ਦਾ ਹਨੇਰਾ ਜਿਸ ਵੇਲੇ ਪ੍ਰਭੂ ਦੇ ਸ਼ਬਦ ਦੀ ਇਹਦੇ ਅੰਦਰ ਬਿਜਲੀ ਚਮਕੇਗੀ ਪ੍ਰਭੂ ਦੇ ਸ਼ਬਦ ਦੇ ਗਿਆਨ ਦਾ ਪ੍ਰਕਾਸ਼ ਹੋਏਗਾ ਰਾਤ ਦਿਨ ਫਿਰ ਸਭ ਦੇ ਵਿੱਚ ਪਰਮੇਸ਼ਵਰ ਦੀ ਜੋਤ ਤੇ ਆਪਣੇ ਅੰਦਰ ਵੀ ਪਰਮੇਸ਼ਵਰ ਦਾ ਚਾਨਣ ਦਿਸੇਗਾ ਸਤਿਗੁਰੂ ਨੂੰ ਮਿਲ ਪੈਣਾ ਇਹੀ ਸਭ ਤੋਂ ਵੱਡਾ ਯਤਨ ਹੈ ਜਿਸ ਦਿਨ ਸਤਿਗੁਰ ਨੂੰ ਮਿਲ ਪਏ ਫਿਰ ਪ੍ਰਭੂ ਆਪ ਪ੍ਰਭੂ ਦੇ ਰਸਤੇ ਤੇ ਤੋਰਨ ਵਾਲਾ ਸਤਿਗੁਰੂ ਹੈ ਫਿਰ ਨਿਚਿੰਤ ਹੋ ਜਾਓ ਅਚਿੰਤ ਹੋ ਜਾਓ ਕਿ ਵਿਕਾਰ ਕਿਵੇਂ ਖਤਮ ਹੋਣਗੇ ਦੁੱਖਾਂ ਦਾ ਨਾਸ਼ ਕਿਵੇਂ ਹੋਏਗਾ ਪੂਰਬਲੇ ਕਰਮਾਂ ਦਾ ਲੇਖਾ ਜੋਖਾ ਮਹਾਰਾਜ ਕਹਿੰਦੇ ਫਿਰ ਆਪ ਹੀ ਤਾਰਨਗੇ ਪ੍ਰਭੂ ਤਾਰੇਗਾ ਗੁਰੂ ਜੇ ਵਿਚੋਲਾ ਬਣ ਜੇ ਠੰਡੇ ਸੁਭਾਅ ਦੇ ਅੰਦਰ ਤਪਸ਼ ਵਾਲਾ ਸੁਭਾਅ ਜਿਸ ਵੇਲੇ ਖਤਮ ਨਹੀਂ ਹੋਏਗਾ ਉਹਨਾਂ ਚਿਰ ਤੱਕ ਨਾਮ ਨਹੀਂ ਜਪਿਆ ਜਾਣਾ ਅੰਦਰੋਂ ਤਪਸ਼ ਖਤਮ ਕਰਨੀ ਪਏਗੀ ਕਾਮ ਦੀ ਤਫੈਲਿਸ਼ ਕ੍ਰੋਧ ਦੀ ਨਿੰਦਾ ਚਿੰਦਾ ਚੁਗਲੀ ਪ੍ਰਾਈ ਈਰਖਾ ਇਹ ਸਭ ਸੇਕ ਹੈ ਇਹ ਸਭ ਅਗ ਹੈ ਅੰਦਰ ਮਨ ਠੰਡਾ ਹੋਏਗਾ ਦੀਪਕ ਗਹਿਣਾਰੇ ਹਿਰਦੇ ਰੂਪੀ ਅਸਮਾਨ ਵਿੱਚ ਪ੍ਰਭੂ ਦੇ ਗਿਆਨ ਦੇ ਚਾਨਣ ਦਾ ਦੀਪਕ ਜਲ ਪਏਗਾ ਦੇਖ ਅਦਿਸ਼ਟ ਰਹੋ ਲਿਬ ਲਾਗੀ ਸਭ ਤ੍ਰਿਪਵਣ ਬ੍ਰਹਮ ਸਬਾਇਆ ਜਿਹੜਾ ਅਦਿਸ਼ਟ ਅਗੋਚਰ ਹੈ ਨਹੀਂ ਦਿਸਦਾ ਗੁਰੂ ਦੇ ਸ਼ਬਦ ਰਾਹੀਂ ਉਹ ਸੁਰਤ ਵਿੱਚ ਵਸ ਜਾਏਗਾ ਕ੍ਰਿਸ਼ਨਾ ਇੱਕ ਮਿਰਾਜ ਹੈ ਜਿਸ ਤਰ੍ਹਾਂ ਮਿਰਗ ਤ੍ਰਿਸ਼ਨਾ ਕਿਹਾ ਹੈ ਹਿਰਨ ਕਹਿੰਦਾ ਪਾਣੀ ਭਜਿਆ ਜਾਂਦਾ ਪਰ ਪਾਣੀ ਹੈ ਹੀ ਨਹੀਂ ਭਜਦੇ ਭਜਦੇ ਮੌਤ ਹੈ ਤ੍ਰਿਸ਼ਨਾ ਇੱਕ ਜੰਗਲ ਦੀ ਆਗ ਹੈ ਜਿਹੜੀ ਕਦੀ ਨਹੀਂ ਰਜਦੀ ਜੇ ਤ੍ਰਿਸ਼ਨਾ ਤੋਂ ਕੋਈ छुड़ाਉਣ ਵਾਲਾ ਮੰਦੀ ਤੇ ਉਹ ਗੁਰੂ ਸੰਤੋਖ ਰੁਖ ਹੈ ਗੁਰੂ ਸੰਤੋਖ ਸਰ ਹੈ ਉਹ ਹੀ ਅੰਦਰ ਦੀ ਤ੍ਰਿਸ਼ਨਾ ਤ੍ਰਿਪਤ ਕਰੇਗਾ ਹੁਣ ਇਹਦਾ ਮਤਲਬ ਨਹੀਂ ਕਿ ਜੀਵਨ ਹੀ ਨਹੀਂ ਜਿੱਥੇ ਤ੍ਰਿਸ਼ਨਾ ਨਾ ਹੋਏ ਬਹੁਤ ਫਰਕ ਹੈ ਕੱਲ ਵੀ ਬੇਨਤੀ ਕੀਤੀ ਸੀ ਨੀਡ ਔਰ ਵਾਂਟਸ ਦੇ ਵਿੱਚ ਬੜਾ ਫਰਕ ਹੈ ਜਦ ਸਭ ਕੁਝ ਹੋ ਕੇ ਸ਼ੁਕਰਾਨਾ ਕਰਨਾ ਨਾ ਆਏ ਫਿਰ ਬੰਦਾ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਸੜ ਰਿਹਾ ਜੋ ਕੁਝ ਹੈ ਉਹਦਾ ਸ਼ੁਕਰਾਨਾ ਨਹੀਂ ਉਹਨੂੰ ਮਾਣਿਆ ਨਹੀਂ ਉਹ ਚਾਹੀਦਾ ਉਹ ਚਾਹੀਦਾ ਫਿਰ ਮਹਾਰਾਜ ਕਹਿੰਦੇ ਆਗੀ ਆਗਿਆ ਫਿਰ ਨਹੀਂ ਬੁਝ ਸਕਦੀ ਸਭ ਜੀਉ ਪਿੰਡ ਨਾਲ ਕੁ ਮੁਖ ਦੀਆ ਬਰਤਨ ਕੋ ਪਾਣੀ ăn ਖਾਣਾ ਕੱਪੜ ਪੈਨਣ ਦੀਆ ਸਭ ਕੁਝ ਦੇਣ ਵਾਲਾ ਪ੍ਰਭੂ ਹੈ ਸ਼ੁਕਰ ਕਰਦਾ ਫਿਰ ਜਿਹੜਾ ਸ਼ੁਕਰ ਚ ਆਉਂਦਾ ਜਦੀ ਤ੍ਰਿਸ਼ਨਾ ਮਰਦੀ ਹੈ ਉੱਚੀ ਪਦਵੀ ਉੱਚੋ ਉੱਚਾ ਉਹ ਇੰਨਾ ਬਖਸ਼ਿਸ਼ ਭਰਪੂਰ ਜੀਵਨ ਹੋ ਜਾਂਦਾ ਹੈ ਜਿੱਥੇ ਵੈੰਦਾ ਕਈਆਂ ਨੂੰ ਤਾਰ ਦਿੰਦਾ ਹੈ ਉਹਦੀ ਸੋਚ ਉੱਚੀ ਉਹਦੀ ਸੋਚਣੀ ਵਾਲਾ ਮੰਡਲ ਉਹਦਾ ਸਕੂਲ ਆਫ ਥੌਟ ਬੜਾ ਪਵਿੱਤਰ ਹੈ ਨਿਰਮਲ ਸ਼ਬਦ ਨੂੰ ਕਮਾ ਕਮਾ ਕੇ ਉਹਨੇ ਆਪਣੇ ਜੀਵਨ ਨੂੰ ਇੰਨਾ ਨਿਰਮਲ ਕਰ ਰਿਆ ਕਿ ਹੁਣ ਮੈਲ ਦੇ ਵਿੱਚ ਵੀ ਜਾਂਦਾ ਤੇ ਮੈਲ ਨੂੰ ਵੀ ਧੋ ਕੇ ਪਰਾਂ ਕਰ ਦਿੰਦਾ ਇਹਦਾ ਮਤਲਬ ਕਿ ਮੈਲ ਉਹਦੇ ਉੱਤੇ ਨਹੀਂ ਲੱਗਦੀ ਜਿਹਦੇ ਹਿਰਦੇ 'ਚ ਵਸ ਜਾਂਦਾ ਫਿਰ ਉਹਦੇ ਵਿੱਚੋਂ ਦਿਖਦਾ ਕਿ ਜੇ ਪੁੱਛੇ ਰੱਬ ਕਿੱਥੇ ਹੈ ਮਾਰਜ ਕਹਿੰਦੇ ਫਿਰ ਜਿੰਨੇ ਕਮਾ ਲਿਆ ਉਹ ਉਹਦੇ ਵਿੱਚ ਰੱਬ ਹੈ ਉਹਦੇ ਵਿੱਚ ਐ ਨਹੀਂ ਦਿਸਦਾ ਕੋਈ ਕਹੇ ਕਿ ਦਿਖਾਓ ਸਾਨੂੰ ਰਬ ਜਿਨੇ ਜੀਵਨ ਕਮਾ ਲਿਆ ਉਹਦਾ ਜੀਵਨ ਅਤਰ ਸੁਮੇਠਾ ਹੋ ਜਾਏਗਾ ਉਹਦੇ ਅੰਦਰ ਨਾਮ ਪਿਆਰਾ ਵਸ ਜਾਏਗਾ ਆਵਗੁਣ ਸਾਡੇ ਨੇ ਤੇ ਗੁਰਨਾਨਕ ਸਾਹਿਬ ਸਾਡੇ ਲਈ ਕਰਦੇ ਨੇ ਜੋਦਣੀਆਂ ਅਰਦਾਸਾਂ ਸਤਗੁਰੂ ਜੀ ਕਹਿੰਦੇ ਆ ਨਾਨਕ ਕੋ ਜੁਗ-ਜੁਗ ਹਰਜਸ ਦੀਜੈ ਜਿਸ ਨਾਮ ਦੀ ਪ੍ਰਾਪਤੀ ਕਰਨੀ ਹੈ ਜਿੱਥੇ ਮਰਜੀ ਜਾਈਏ ਜਿੱਥੇ ਮਰਜੀ ਰਾਂ ਜੁਗਾ ਜੁਗਾਂਤਰਾਂ ਤੋਂ ਮਿੱਠਾ ਨਾਮ ਜਿਹੜਾ ਅੰਦਰ ਭਾਵ ਪੈਦਾ ਕਰਨ ਵਾਲਾ ਹਰ ਰਸ ਹੈ ਉਹ ਮੇਰੀ ਝੋਲੀ ਪਾਓ ਉਹ ਦਾਤ ਤੇ ਮਿਲ ਜਾਈਗੀ ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਜਿੰਨੂੰ ਦਾਤ ਮਿਲ ਜਾਈਗੀ ਉਹ ਜਪਣਾ ਛੱਡ ਦੇਗਾ ਦਾਤ ਮਿਲਣ ਤੋਂ ਪਹਿਲਾਂ ਵੀ ਹਰ ਜਸ ਗਾਓ ਤੇ ਦਾਤ ਮਿਲਣ ਤੋਂ ਬਾਅਦ ਵੀ ਉਹ ਹਰ ਜਸ ਗਾਉਂਦਾ ਅਸੀਂ ਗੁਰੂ ਦੇ ਸ਼ਬਦ ਨੂੰ ਇਸ ਲਈ ਵਿਚਾਰ ਰਹੇ ਹਾਂ ਕਿ ਸਾਨੂੰ ਇਹ ਚੀਜ਼ਾਂ ਕਿਸੇ ਨੂੰ ਪੁੱਛਣ ਦੀ ਲੋੜ ਨਾ ਪੈਣ ਇਹ ਗੁਰੂ ਦਾ ਗਿਆਨ ਜਦ ਸਾਡੇ ਊਨਮਨ ਦੇ ਵਿੱਚ ਜਾਏ ਤੇ ਊਨਮਨ ਇਨਮਨ ਨੂੰ ਸਮਝਾ ਲੇ ਕਿ ਭਾਈ ਵਾਪਸ ਮੁੜਿਆ ਸਾਡੀ ਮਤ ਸਾਡੇ ਮਨ ਨੂੰ ਕੁੰਡਾ ਪਾ ਲੈ ਕਿ ਨਹੀਂ ਭੜੇ ਪਾਸੇ ਨਹੀਂ ਜਾਣਾ ਔਰ ਇਹ 1200 ਵਾਰੀ ਬੰਦਾ ਸਮਝਾਏ ਨਹੀਂ ਸਮਝ ਸਕਦਾ ਜਿਸ ਦਿਨ ਮਨ ਦੇ ਅੰਦਰੋਂ ਆਵਾਜ਼ ਆਏਗੀ ਉਸ ਦਿਨ ਫਿਰ ਕਰੋੜਾਂ ਬੰਦੇ ਵੀ ਇਕੱਠੇ ਹੋ ਕੇ ਉਹਨੂੰ ਵਿਗਾੜਨ ਲੱਗ ਜਾਣ ਤੇ ਉਹ ਵਿਗੜੇਗਾ ਨਹੀਂ ਗੁਰੂ ਦੇ ਸ਼ਬਦ ਦੇ ਵਿੱਚ ਤਰੰਗ ਇਹ ਮੇਰੇ ਅੰਦਰ ਪੈਦਾ ਕਿਉਂ ਨਹੀਂ ਹੁੰਦੀ ਮਹਾਰਾਜ ਮੇਰੇ ਅੰਦਰ ਉਮਕਿਓ ਹਿਓ ਮਿਲਨ ਪ੍ਰਭ ਤਾਈ ਦਾ ਕਿਉਂ ਨਹੀਂ ਐਸਾ ਖਿੱਚ ਐਸਾ ਸਵਾਦ ਦੁਨੀਆ ਦੇ ਹਰ ਰਸ ਨੂੰ ਮਾਨਣ ਵਾਸਤੇ ਮੈਂ ਭੱਜਦੀ ਆਂ ਪਰ ਪ੍ਰਭੂ ਦਾ ਹਰੀ ਰਸ ਮੈਨੂੰ ਚੰਗਾ ਨਹੀਂ ਲੱਗਦਾ ਗੁਰੂ ਸਾਹਿਬ ਕਿਰਪਾ ਕਰੋ ਮੇਰੇ ਅੰਦਰ ਉਮੰਗ ਤੇ ਤਰੰਗ ਪੈਦਾ ਹੋਏ ਸੰਗਤ 'ਚ ਬਹਿਣ ਦੀ ਖਿੱਚ ਪੈਦਾ ਹੋਏ ਤੇ ਜੇ ਗੁਰੂ ਦੀ ਕਿਰਪਾ ਹੋ ਗਈ ਤੇ ਫਿਰ ਪ੍ਰਭੂ ਦਾ ਕਦੀ ਵਿਛੋੜਾ ਨਹੀਂ ਹੋਏਗਾ ਕਿ ਪੋਪ ਮਦ ਜਿਉ ਬਾਸ ਬਸਤੈ ਮੁਕਰਮਾਏ ਜੈਸੇ ਛਾਈ ਜਿਵੇਂ ਫੁੱਲ ਦੇ ਅੰਦਰ ਖੁਸ਼ਬੂ ਤੇ ਸ਼ੀਸ਼ੇ ਦੇ ਅੰਦਰ ਸਾਡਾ ਅਕਸ ਉਵੇਂ ਉਹਦੇ ਅੰਦਰ ਗੁਰੂ ਦੇ ਸ਼ਬਦ ਦੀ ਮਦ ਵਸ ਜਾਂਦੀ ਹੈ ਕਵਨ ਮੂਲ ਕਵਨ ਮਤਵੇਲਾ ਤੇਰਾ ਕੌਣ ਗੁਰੂ ਜਿਸਕਾ ਤੂੰ ਚੇਲਾ ਇੱਕੋ ਗੱਲ ਦੱਸੋ ਗੁਰਨਾਨਕ ਸਾਹਿਬ ਜੋਗੀਆਂ ਨੇ ਪੁੱਛਿਆ ਮਹਾਰਾਜ ਅੱਗੇ ਜਾ ਕੇ ਕਹਿੰਦੇ ਪਵਨ ਆਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤ ਤੂੰ ਚੇਲਾ ਜਿਨੇ ਮਰਜੀ ਪਾਠ ਪੜ ਲਿਏ ਬਾਣੀ ਪੜ ਲਿਏ ਜਿਨੇ ਮਰਜੀ ਕਰਮ ਕਾਂਡ ਕਰ ਲਿਏ ਸ਼ਬਦ ਸੁਰਤ ਵਿੱਚ ਜੇ ਨਹੀਂ ਜੁੜੀ ਮਹਾਰਾਜ ਕਹਿੰਦੇ ਖੇਡ ਤੁਰੇਗੀ ਨਹੀਂ ਸੁਰਤ ਔਰ ਸ਼ਬਦ ਦਾ ਮਿਲਾਪ ਹੋਣਾ ਜ਼ਰੂਰੀ ਹੈ ਇਹ ਜ਼ਰੂਰੀ ਹੈ ਬਹੁਤ ਜ਼ਿਆਦਾ ਅਭੇ ਅੰਤਰ ਦਾ ਮਤਲਬ ਹੁੰਦਾ ਹੈ ਕਿ ਜਦ ਕਛੂਏ ਉੱਤੇ ਕੋਈ ਭੀੜ ਆਉਂਦੀ ਹੈ ਨਾ ਉਹ ਆਪਣੇ ਲਿੰਬਸ ਨੂੰ ਅੰਦਰ ਖਿੱਚ ਲੈਂਦਾ ਹੈ ਉਹ ਕਿਸੇ ਕਿਸੇ ਦੇ ਨਾਲ ਲੜਦਾ ਝਗੜਦਾ ਨਹੀਂ ਹੈ ਆਪਣੀ ਆਪਣੇ ਆਪ ਦਾ ਬਚਾਅ ਕਰਨ ਲਈ ਉਹ ਆਪਣੀ ਸ਼ੈਲ ਦੇ ਵਿੱਚ ਆਪਣੇ ਆਪ ਚਲਾ ਜਾਂਦਾ ਹੈ ਮਹਾਰਿਸ਼ ਕਹਿੰਦੇ ਜਦ ਦੁੱਖਾਂ ਸੁੱਖਾਂ ਦਾ ਇਹ ਬਹੁਤ ਧਾਨਕ ਬਾਹਰ ਪਸਾਰਾ ਦੇਖੋ ਜਿਹਦੇ ਵਿੱਚ ਨਹੀਂ ਬਾਹਰ ਚੱਲ ਸਕਦੀ ਤੇ ਫਿਰ ਅਭੇ ਅੰਤਰ ਹੋ ਜਾਓ ਪ੍ਰਭੂ ਦੇ ਸ਼ਬਦ ਵਿੱਚ ਆਪਣੇ ਸੁਰਤ ਨੂੰ ਅੰਦਰ ਜੋੜ ਲਓ ਤੇ ਸੰਗਤ ਦੇ ਵਿੱਚ ਰੱਜ ਰੱਜ ਕੇ ਪ੍ਰਭੂ ਦਾ ਜਸ ਗਾਓ ਮਤ ਕੇ ਜਾ ਪੈਸਾ ਆਵੇ ਕਿ ਨਾ ਆਵੇ ਰਾਮ ਤੇ ਇਸ ਸੰਗਤ ਦੇ ਵਿੱਚ ਇਹ ਨਾ ਸੋਚੋ ਕੁਝ ਨਹੀਂ ਹੋ ਰਿਹਾ ਕੁਝ ਨਹੀਂ ਬਣ ਰਿਹਾ ਮਾਰਜ ਕਹਿੰਦੇ ਇਹ ਖਿਆਲ ਨਾ ਲਿਆਓ ਇੱਕ ਦਿਨ ਐਸਾ ਆਏਗਾ ਸਹਿਜ ਰੂਪ ਦੇ ਵਿੱਚ ਇਸੀ ਸੰਗਤ ਦੇ ਅੰਦਰ ਬੈਠਿਆਂ ਬੈਠਿਆਂ ਮਨ ਦੇ ਵਿੱਚ ਨਾਮ ਦਾ ਮਾਨਕ ਹੀਰਾ ਪ੍ਰਗਟ ਹੋ ਜਾਏਗਾ ਹੁਣ ਉਹੀ ਹੈ ਜੋ ਕਰਤੇ ਨੇ ਕਰਨਾ ਕਿਸੇ ਦਾ ਚਾਰਾ ਨਹੀਂ ਚੱਲਦਾ ਜੀ ਉਪਾਏ ਰਿਜ਼ਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਜਿਉ ਰਿਜ਼ਕ ਦੇਣ ਵਾਲਾ ਹੈ ਜਿੰਦ ਨੂੰ ਪੈਦਾ ਕਰਨ ਵਾਲਾ ਹੈ ਤੇ ਹੁਕਮ ਵੀ ਉਹਦਾ ਚੱਲਣਾ ਹੈ ਜਿਨੇ ਸਭ ਕੁਝ ਬਣਾਇਆ ਹੈ ਇਥੇ ਬੰਦੇ ਦਾ ਕੋਈ ਹੁਕਮ ਨਹੀਂ ਜਿਹਨੂੰ ਇਹ ਸੰਗਤ ਮਿਲ ਜੇ ਜਿਹਨੂੰ ਸੇਵਾ ਮਿਲ ਜੇ ਸਿਮਰਨ ਮਿਲ ਜੇ ਮਨ ਨੂੰ ਤਿਆਗਣ ਦੀ ਹਉਮੈ ਨੂੰ ਤਿਆਗਣ ਦੀ ਦਾਤ ਮਿਲ ਜੇ ਸਭ ਕੁਝ ਹੋ ਜਾਏ ਭਾਵ ਕਿ ਗੁਰੂ ਮਿਲ ਜੇ ਸਿੱਧੀ ਜੀ ਗੱਲ ਹੈ ਸਪਸ਼ਟ ਹੈ ਗੁਰ ਸ਼ਬਦੀ ਹਰ ਨਾਮ ਤੇ ਆਇਕ ਫਿਰ ਗੁਰੂ ਦੇ ਸ਼ਬਦ ਰਾਹੀ ਉਹ ਨਾਮ ਜਪਦਾ ਆਨੰਦ ਰੂਪ ਅਨੂਪ ਅਗੋਚਰ बारੰਬਾਰ ਸਤਿਗੁਰੂ ਜੀ ਕਹਿ ਰਿਹਾ ਹੈ ਦੇਖੋ ਆਨੰਦ ਸਾਹਿਬ ਸ਼ੁਰੂ ਹੁੰਦਾ ਹੈ ਆਨੰਦ ਪਿਆ ਮੇਰੀ ਮਾਈ ਫਿਰ ਆਉਂਦਾ ਆਨੰਦ ਆਨੰਦ ਸਭ ਕੋ ਕਹ ਆਨੰਦ ਗੁਰੂ ਤੇ ਜਾਣ ਫਿਰ ਆਉਂਦਾ ਆਨੰਦ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ ਹੁਣ ਸਤਗੁਰ ਜੀ ਇਹ ਅਵਸਥਾਵਾਂ ਦੇ ਰਹੇ ਨੇ ਕਿ ਭਾਈ ਜਪੋ ਉਹਨੂੰ ਪਰ ਝੂਠੀ ਲਿਵ ਨਹੀਂ ਸੱਚੀ ਲਿਵ ਤੋਂ ਬਿਨਾ ਨਹੀਂ ਜਪਿਆ ਜਾਏਗਾ ਇਹ ਨਹੀਂ ਕਿ ਬਾਹਰੋਂ ਨਿਰਮਲ ਆਂਦਰੋਂ ਝੂਠਿਆਂ ਨਾ ਜਿਉ ਨਿਰਮਲ ਬਾਹਰੋਂ ਨਿਰਮਲ ਦੋਨੋਂ ਰੂਪ ਦੇ ਵਿੱਚ ਨਿਰਮਲ ਹੋਣਾ ਤੇ ਫਿਰ ਸੰਤ ਸਭਾ ਦੇ ਵਿੱਚ ਬੈਠ ਕੇ ਆਓ ਸੰਤ ਪਿਆਰਿਓ ਅਕਤ ਕੀ ਕਰਹਿ ਕਹਣ ਫਿਰ ਇੱਥੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸਚੇ ਇਸ ਅਵਸਥਾ ਦੇ ਵਿੱਚ ਜਿਹੜਾ ਤੁਰਦਾ ਜਾਏਗਾ ਉਹ ਆਪਣੇ ਗਿਆਨ ਇੰਦਰੀਆਂ ਆਪਣੇ ਸਰਵਣਾ ਨੂੰ ਆਪਣੇ ਨੇਤਰਾ ਨੂੰ ਆਪਣੀ ਜ਼ੁਬਾਨ ਨੂੰ ਆਪਣੇ ਸਰੀਰ ਨੂੰ ਸੋਧ ਲੇਗਾ ਤੇ ਜਿਹੜਾ ਸੋਧ ਲੇਗਾ ਫਿਰ ਉਹਨੂੰ ਪਤਾ ਹੈ ਇਹ ਅਸਚਰਜ ਖੇਡ ਹੈ ਖੇਡ ਨੂੰ ਖੇਡ ਦੀ ਤਰ੍ਹਾਂ ਖੇਢੀਏ ਜਿਹੜੀ ਅਸਲ ਚੀਜ਼ ਵਰਤਣੀ ਹੈ ਉਹ ਇਹ ਵਰਤਣੀ ਹੈ ਕਿ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ सगਲ ਬਿ ਸੂਰੇ ਉਸ ਪ੍ਰਭੂ ਦੀ ਪ੍ਰਾਪਤੀ ਤੋਂ ਬਾਅਦ ਹੀ ਆਨੰਦ ਮਿਲਣਾ ਇਹ ਤੇ ਦੁਨੀਆ ਦਾ ਕੋਈ ਵੀ ਨਾਲ ਵਾਲ ਜਾਣ ਵਾਲਾ ਨਹੀਂ ਹੈ ਜਨਪੀਸਰ ਪਦਰ ਬਰਾਦਰਾਂ ਕਾ ਸਨੇਸ ਦਸਤੰਗੀਰ ਆਖਰ ਬੇਅਖਤਮ ਕਸ਼ਨਾ ਦਾਰਦ ਕੋਈ ਆਖਰ ਤੱਕ ਨਹੀਂ ਪਹੁੰਚਦਾ ਪਰ ਇਹ ਨਾਮ ਜਾਣ ਵਾਲਾ ਅੰਤ ਸਖਾਈ ਹੈ ਉਹਨੂੰ ਪੂਰੇ ਗੁਰੂ ਨੇ ਸੁਰਮਾ ਬਣਾਤਾ ਸੂਰਾ ਗੁਰੂ ਮਿਲ ਕੇ ਉਹਨੂੰ ਉਹਨੂੰ ਡਰ ਨਹੀਂ ਕਿਸੇ ਦਾ ਉਹਨੂੰ ਪਤਾ ਹੁਣ ਮੈਂ ਪੰਜ ਵਿਕਾਰਾਂ ਨਾਲ ਜਿੱਤ ਲਾਂਗਾ ਇਹ ਵੈੜੇ ਮਨ ਨੂੰ ਕਾਬੂ ਕਰਾਂਗਾ ਨਾਨਕ ਗੁਰ ਕੇ ਚਰਨ ਸਰੇਵੋ ਜਿਨ ਭੂਲਾ ਮਾਰਗ ਪਾਇਆ ਜਿਹੜੇ ਸੰਤ ਜਨ ਨੇ ਨਾ ਉਹਨਾਂ ਕੋਲ ਇੱਕੋ ਹੀ ਸਭ ਤੋਂ ਬੇਸ਼ਕੀਮਤੀ ਚੀਜ਼ ਹੈ ਉਹ ਹੈ ਪ੍ਰਭੂ ਦੀ ਬੰਦਗੀ ਤੇ ਜੇ ਫਕੀਰਾਂ ਨੂੰ ਪੁੱਛੋ ਕਿ ਬਈ ਫਕੀਰ ਤੇਰੇ ਕੋਲ ਕੀ ਹੈ ਉਹ ਕਹੇਗਾ ਮੇਰੇ ਕੋਲ ਪ੍ਰਭੂ ਦੀ ਬੰਦਗੀ ਹੈ ਤੇ ਫਿਰ ਬੰਦਾ ਕਹੇਗਾ ਤੇ ਤੇਰੀ ਇਹ ਮੈਨੂੰ ਦੇਣ ਵਸਤੇ ਕੀ ਹੈ ਕਹਿੰਦੇ ਫਿਰ ਤੇਰੇ ਲਈ ਅਰਦਾਸ ਹੈ ਹੁਣ ਵਾਕੀ ਫਕੀਰਾਂ ਦੀ ਅਰਦਾਸ ਤੇ ਜ਼ੋਰ ਹੁੰਦਾ ਹੈ ਬੰਦਗੀ ਕਰਨ ਵਾਲਿਆਂ ਨੂੰ ਜੇ 100 ਬੰਦਾ ਕਹੇ ਨਾ ਇਹਨੂੰ ਬਦਨਾਮ ਕਰਨਾ ਸਾਰੇ ਮਿਲ ਕੇ ਕਹਿ ਦੇਣ ਕਿ ਇਹਨੂੰ ਕੱਖ ਜੋਗਾ ਨਹੀਂ ਛੱਡਣਾ ਤੇ ਜੇ ਉਹ ਖੜ ਜੇ ਫਿਰ ਸਾਰੇ ਮਿਲ ਕੇ ਵੀ ਉਹਨੂੰ ਬਦਨਾਮ ਨਹੀਂ ਕਰ ਸਕਦੇ ਗੁਰਮੁਖ ਨੂੰ ਪਤਾ ਹੈ ਬੜਾ ਕੀਮਤੀ ਕੀਮਤੀ ਵਸਤਾ ਹੈ ਮੁੜ ਕੇ ਨਹੀਂ ਮਿਲਣੀ ਜਿੰਨਾ ਜਿੰਨਾ ਜ਼ਿਆਦਾ ਜਿੰਨਾ ਜ਼ਿਆਦਾ ਭੋਗਾਂਗੇ ਉਨਾ ਹੀ ਜ਼ਿਆਦਾ ਰੋਗ ਹੈ ਭਾਈ ਤੇ ਜਿੰਨਾ ਸੰਕੋਚ ਹੈ ਉਨਾ ਹੀ ਜੀਵਨ ਆਨੰਦ ਹੈ ਇਹ ਸਾਖਤ ਨੂੰ ਸੋਝੀ ਨਹੀਂ ਹੈ ਮਨ ਦੀ ਮੈਲ ਸਾਰੀ ਉਤਰ ਜਾਏਗੀ ਜਿਹੜਾ ਸੰਗਤ ਦੇ ਸੰਤੋਖ ਸਰੋਵਰ ਵਿੱਚ ਆ ਕੇ ਆਪਣੇ ਮਨ ਦਾ ਇਸ਼ਨਾਨ ਕਰਾਏਗਾ ਬੀਜ ਤੇ ਮਿਟਾ ਦੇ ਆਪਣੀ ਹਸਤੀ ਅਗਰ ਕੁਝ ਮਰਤਬਾ ਚਾਹੇ ਕੇ ਦਾਣਾ خاک ਮੇ ਮਿਲ ਕੇ ਗਲੂ ਗੁਲਜ਼ਾਰ ਹੋਤਾ ਹੈ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਬੇਸ ਜਿੰਨੇ ਮਰਜੀ ਨਿਯੋਲੀ ਕਰਮ ਕਰ ਲੋ ਮਨ ਤੇ ਮੈਲਾ ਮਨ ਮੈਲੇ ਸਭ ਕੁਝ ਮੈਲਾ ਤਨ ਧੋਤਾ ਮਨ ਅਛਾ ਨਾ ਹੋਏ ਜਿਹੜਾ ਸਤਗੁਰੂ ਹੀ ਅਲਖ ਨੂੰ ਲਖਾ ਦਿੰਦਾ ਹੈ ਜਿਹੜਾ ਨਹੀਂ ਦਿਸਦਾ ਉਹਦਾ ਅਹਿਸਾਸ ਕਰਾਉਂਦੇ ਨੇ ਜੀ ਇੱਥੇ ਸਮਾਪਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ